आज तक आमने सामने देख रहे सारे दर्शकों का मैं दिलों स्वागत करता हाँ। तो तुम देख सकते हो कि पठानकोट के 15 साल के युवक वालों 5 घर किए गए चोरी। तो उस वालों किए गए चोरी के चोरी वाली जगह पर बरामद हुई थोड़ी, तो पता लगता है कि उसने थोड़ी दे नाल तो लोकर तोड़िया ते उस तो सोना ते कैश कट के होया फरार। तो CCTV विच ए सारी वारदात हुई कैद। ਵੇਖਿਆ ਗਿਆ ਸੀ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਆਈ ਸੀ ਵੀ 3-4 ਘਰਾਂ ਦੇ ਤਾਲੇ ਟੁੱਟੇ ਆ। ਚੈੱਕ ਕੀਤਾ ਗਿਆ ਕੋਈ ਲੜਕਾ ਹੈਗਾ ਜਿਹੜਾ 15-16 ਸਾਲ ਦੀ ਉਮਰ ਦਾ, ਉਹ ਥੌੜੀ ਲੈ ਕੇ ਆਇਆ ਅਤੇ ਗਲੀਆਂ ਬਹੁਤ ਤੰਗ ਨੇ, ਕੋਠੇ ਉੱਪਰ ਚੜ੍ਹ ਕੇ ਕੋਠੀ 2-3 ਘਰਾਂ ਦੇ ਉਹਨੇ ਤਾਲੇ ਤੋੜੇ ਨੇ। ਅਜੇ ਤੱਕ ਕਿਸੇ ਨੇ ਸਟੇਟਮੈਂਟ ਨਹੀਂ ਦਿੱਤੀ ਹੈ। ਇੱਕ ਘਰ ਦੇ ਵਿੱਚ ਜਿਹੜਾ ਉਹ ਜੈਂਟ ਕੇ ਗਏ ਹੋਏ, ਉਹਨਾਂ ਨੂੰ ਮੈਸੇਜ ਲਾਇਆ ਹੋਇਆ ਅਤੇ ਜਿਹੜੀ ਉਹਦੀ ਫੁਟੇਜ ਵੀ ਸਾਡੇ ਕੋਲ ਆ ਗਈ ਆ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਦਿਨ ਦਿਹਾੜੇ ਹੁਣ ਲਾਗੇ ਜਿੰਨਾ 'ਤੇ ਉਹ ਸ਼ੱਕ ਕਰਦੇ ਲਾਗੇ ਗੁਆਂਢੀ, ਐਕਚੁਲੀ ਬੰਦੇ ਦੀ ਪਛਾਣ ਆ ਗਈ ਹੈ, ਜਲਦੀ ਕਾਰਵਾਈ ਕਰਕੇ ਉਹਨੂੰ ਫੜ ਲਏ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਲੋਕਾਂ ਨੇ ਇਹੀ ਕਹਿੰਦੇ ਆ ਵੀ ਜੇ ਘਰ ਦਾ ਤਾਲਾ ਲਗਾ ਕੇ ਜਾਣਾ ਅਤੇ ਆਂਢ ਗੁਆਂਢ ਜਾ ਦੱਸ ਕੇ ਜਾਇਆ ਕਰੋ, ਜਾਂ ਕੋਈ ਨਾ ਕੋਈ ਇੱਕ ਮੈਂਬਰ ਆਪਣੇ ਘਰ ਦੇ ਵਿੱਚ ਪਿੱਛੇ ਛੱਡ ਕੇ ਜਾਇਆ ਕਰੋ।